ਅਸਲਾਮੁਆਲੇਕਮ ਕੀ ਹਾਲ ਚਾਲ ਵੀਰੋ ਠੀਕ ਹੋ ਉਮੀਦ ਕਰਨਾ ਸਾਰੇ ਭਰਾ ਠੀਕ ਹੋ ਵਦੇ ਜਨਾਬ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਸਵੇਰ ਸਵੇਰ ਰੁਟੀਨ ਅਲਹਮਦੁਲਿਲਾ ਨਮਾਜ਼ ਪੜੀ ਏ ਤੇ ਵਾਗ ਤੇ ਨਿਕਲੇ ਤੰਦ ਬੜੀ ਜ਼ਿਆਦਾ ਬੜਾ ਮਜ਼ਾ ਆ ਰਿਹਾ ਵਾਗ ਦਾ ਇਹ ਰੋਡ ਚੈੱਕ ਕਰੋ ਸਾਡੇ ਪਿੰਡ ਵਾਲਾ ਸਹੀ ਏ ਵਾਗ ਕਰ ਰਹੇ ਸਰਕਾਰ ਸਵੇਰੇ ਸਵੇਰੇ ਮੈਂ ਖਾਈ ਸਿਰ ਵਲੌਗ ਸੱਟੀ ਏ ਕਿਉਂਕਿ ਭਰਾਵਾਂ ਨਾਲ ਵਾਦਾ ਕੀਤਾ ਵੀ ਡੇਲੀ ਵਲੌਗ ਇਨਸ਼ਾਅੱਲਾ ਸੱਟਣਾ ਹੀ ਸੱਟਣਾ ਸਹੀ ਏ ਵੀਰ ਤੁਰ ਤੇ ਬੰਦੇ ਜਾ ਰਹੇ ਨੇ ਕਮਾਕਾਰਾਂ ਦੇ ਸਵੇਰੇ ਸਵੇਰੇ ਚੈੱਕ ਜੱਟ ਸਾਹਿਬ ਬਾਤ ਕਰ ਰਹੇ ਨੇ ਡਬਲ ਰੋਡ ਪਿੰਡ ਦਾ ਵੀਆਈਪੀ ਸਹੀ ਹੈ ਇਥੋਂ ਵਾਕਸ਼ਾ ਕਰਕੇ ਆਪਾਂ ਜਾ ਰਹੇ ਆਂ ਵਾਪਸ ਮੈਂ ਕਿਹ ਅਜਿਹਾ ਬਲਾਗ ਸੱਟੀ ਹੈ ਕਿਉਂਕਿ ਕੱਲ ਆਖਿਆ ਸੀ ਮੈਂ ਕਿਹ ਬਲਾਗ ਡੇਲੀ ਸੱਟਣਾ ਕਰਨਾ ਸਹੀ ਹੈ ਨਮਾਜ਼ ਪੜੀ ਅਲਹਮਦੁਲਿਲਾ ਬਾਤ ਕੀਤੀ ਤੇ ਬਾਤ ਕੀਤੀ ਨਹੀਂ ਬਾਤ ਕਰ ਰਹੇ ਹੈ ਭਾਈ ਜਨ ਮਾਦਰਤ ਗਲਤੀ ਹੋ ਜਾਂਦੀ ਤਾਂ ਬਾਣ ਇਧਰ ਉਧਰ ਹੋ ਜਾਂਦੀ ਬੰਦੇ ਡੇਰ ਨੂੰ ਡੇਰ ਨੂੰ ਆ ਰਹੇ ਨੇ ਸਾਰੇ ਸਾਰੇ ਤੇ ਬਾਕੀ ਇਨਸ਼ਾਅੱਲਾ ਅੱਜ ਦੀ ਸਾਰੀ ਰੁਟੀਨ ਬਖਾਨੇ ਤੁਸੀਂ ਨਾਲ ਰਹੇ ਨੇ ਸਹੀ ਜਿਹੜਾ ਬੰਦਾ ਨਮਾਜ਼ ਪੜ ਕੇ ਸਿਰਸਿਰ ਵਾਕ ਕਰ ਦਨ ਮੈਂ ਨਾ ਕਿ ਛੱਡ ਗੱਲਾਂ ਦਿਓ ਕੱਲ ਵਾਲੇ ਵਲੌਗ ਜੀ ਮੈਂ ਤੁਹਾਨੂੰ ਆਖਿਆ ਸੀ ਵੀ ਨਮਾਲ ਜਿਹੜੀ ਉਹਨੂੰ ਜ਼ਰੂਰੀ ਬਣਾਓ ਆਪਣੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਸੈੱਟ ਹੋ ਜਾਏਗਾ ਕੀ ਆਈ ਨਜ਼ਾਰੇ ਨੇ ਸਵੇਰ ਸਵੇਰ ਰੋਡ ਦੇ ਉੱਤੇ ਠੰਡ ਹਲਕੀ ਹਲਕੀ ਤੇ ਤੁੰਦ ਬੇਬਾ ਮੈਂ ਨਾ ਵੀ ਆਈ ਵੀ ਮੋਲ ਬਣਿਆ ਪਿਆ ਸਰਕਾਰ ਪੰਪ ਦੀ ਮਨਾਜ਼ਰ ਚੈੱਕ ਕਰ ਲਓ ਤੁਸੀਂ ਸਵੇਰ ਸਵੇਰ ਸਹੀ ਹੈ ਵੜੈਚ ਪੈਟਰੋਲੀਅਮ ਸਰਵਸ ਪੂਰਾ ਤੁੰਦ ਨਾਲ ਲੁਕਿਆ ਪਿਆ ਵਾਕ ਕਰਕੇ ਵਾਪਸੀ ਪਿੰਡ ਆ ਗਏ ਨੇਰੇ ਨੂੰ ਚੱਲਣਾ ਤੁਹਾਨੂੰ ਅੱਜ ਕੈਪਟਨ ਸ਼ਰਫੇ ਨਾਲ ਮਨਾਣਾ ਕੈਪਟਨ ਸ਼ਰਫਾ ਕੰਮਸ਼ਾਮ ਕਰ ਰਹੇ ਨੇ ਡੇਰੇ ਇੱਧਰ ਚੈੱਕ ਕਰੋ ਪਬਲਿਕ ਜਾ ਰਹੀ ਸਵੇਰ ਸਵੇਰ ਇੱਧਰ ਦੱਸੋ ਜੀ ਮੌਲਵੀ ਸਾਹਿਬ ਨੇ ਦੱਸਿਆ ਵੀ ਆਈਡੀ ਕਿਹੜੀ ਨਮਾਜ਼ ਪੜ ਕੇ ਤੇ ਲੈ ਕੇ ਕੀ ਜਾ ਰਹੇ ਹੈ ਦੇ ਹੀ ਲੈ ਕੇ ਜਾ ਰਹੇ ਆ ਮਦਰ ਤੇ ਵਾਲਾ ਵੀ ਬਾਤ ਬੜੀ ਅੱਛੀ ਗੱਲ ਹੈ ਫਿਰ ਵੀ ਫਿਰ ਆਈਡੀ ਸ਼ਾਮੀ ਦੱਸਾਂਗੇ ਜਦੋਂ ਵਾਪਸੀ ਪਹੁੰਚਾਂਗੇ ਨਾ ਸ਼ਾਮ ਹੀ ਨਹੀਂ ਆਵਾਂਗੇ ਕਿਦੋਂ ਆਣਾ ਹੈ ਘਰ ਜਾਣਾ ਹੈ ਸ਼ਾਮ ਨੂੰ ਹੈ ਘਰ ਜਾਣਾ ਹੈ ਅੱਜ ਨੂੰ ਰਾਤ ਹੈ ਤੁਹਾਡੀ ਤਾਂ ਕੱਲ Eid ਤੇ ਫਿਰ ਛੁੱਟੀ ਤੁਹਾਨੂੰ ਜੀ 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 ਏ ਜਨਾਬ ਸਾਡਾ ਅੱਡਾ ਹੈ ਇਹ ਮੇਨ ਰੋਡ ਹੈ ਇੱਧਰ ਨੂੰ ਲੱਤਪੋ ਤੇ ਡੇਰੇ ਵਾਲੀ ਸੜਕੀ ਆ ਗਈ ਤੇ ਸੜਕੀ ਤੁਸੀਂ ਚੈੱਕ ਕਰ ਲਓ ਨਜ਼ਰ ਨਹੀਂ ਆ ਰਹੀ ਸੁਭਾਨ ਅੱਲਾ ਮਾਸ਼ਾ ਅੱਲਾ ਮਾਸ਼ਾ ਅੱਲਾ ਸੂਬਾ ਸੁਬਾ ਦਾ ਟਾਈਮ ਹੈ ਸਰਕਾਰ ਸ਼ਬਨਮ ਆਪਣੇ ਪੂਰੇ ਜੋਬਨ ਦੇ ਵਿੱਚ ਸ਼ਬਨਮ ਉਹ ਨਹੀਂ ਸ਼ਬਨਮ ਇਹ ਜਿਹੜੀ ਜਿਹਨੂੰ ਆਪਾਂ ਕਹਿੰਦੇ ਆ ਤਰੇਲ ਪੰਜਾਬੀ ਦੇ ਵਿੱਚ ਠੀਕ ਹੈ ਆਏ ਹਾਏ ਕੀ ਬਾਤ ਕੀ ਬਾਤ ਕੀ ਬਾਤ ਸਾਡੇ ਮੂੰਹ ਦੇ ਉੱਤੇ ਵੀ ਪਈ ਹੋਣੀ ਐ ਐਡਾ ਕੋਈ ਰੋਲਾ ਨਹੀਂ ਚੈੱਕ ਕਰੋ ਤੁਸੀਂ ਸਿਰੇ ਸਿਰੇ ਕੋਰਾ ਪਿਆ ਕੋਰਾ ਪਿਆ ਰੇ ਧਰੇ ਵੀ ਮੇਰੀ ਸਾਰੇ ਚਿਹਰੇ ਦੇ ਉੱਤੇ ਨਾ ਗਿੱਲਾ ਗਿੱਲਾ ਨਿਜ਼ਾਮ ਹੋਇਆ ਪਿਆ ਕਿਉਂਕਿ ਪੁਰ ਸਕੂਨ ਸਿਸਟਮ ਐ ਪੁਰ ਸਕੂਨ ਮਾਹੌਲ ਐ ਧੁੰਦ ਪਈ ਐ ਕਿਹੜਾ ਸੁਆਦ ਨਹੀਂ ਕਿਹੜਾ ਨਜ਼ਾਰੇ ਨੇ ਬਾਬੇਓ ਦੀ ਪਿੰਡ ਦਾ ਮਾਹੌਲ ਐ ਚੈੱਕ ਕਰੋ ਤੁਸੀਂ ਇਹ ਸਰਕਾਰ ਅਸੀਂ ਪਹੁੰਚ ਗਿਆ ਆਪਣੇ ਡੇਰੇ ਐਂਡ ਥਿਸ ਇਜ਼ ਦ ਰੂਡੀ ਧੁੰਦ ਪਈ ਐ ਕੋਈ ਸ਼ੈ ਨਹੀਂ ਨਜ਼ਰ ਆ ਰਹੀ ਤੁਹਾਨੂੰ ਕੈਪਟਨ ਦੀ ਵਾਅਦਾ ਹੈ ਕਿ ਵੇਖਿਓ ਕੈਪਟਨ ਕੈਪਟਨ ਕਿੱਥੇ ਹੋ ਹਏ ਕੈਪਟਨ ਸਾਹਿਬ ਸਿਰੇ ਸਿਰੇ ਲਗੇ ਪਏ ਨੇ ਕਮਾ ਕਰਨ ਨੂੰ ਕੈਪਟਨ ਸਾਹਿਬ ਆਪ ਕੀ ਕਰ ਰਹੇ ਹੈਂ ਦੁੱਲ ਚੋਰ ਹੈ ਦੁੱਲ ਚੋਰ ਹੈ ਕੈਪਟਨ ਭਾਈ ਜੀ ਸਿਰੇ ਸਿਰੇ ਕੈਪਟਨ ਸਾਹਿਬ ਦੋਸਤਾਂ ਨੂੰ ਆਖੋ ਅਸਲਾਮੁਅਲੈਕਮ ਅਸਲਾਮੁਅਲੈਕਮ ਪੁੱਛੋ ਕੀ ਹਾਲ ਚਾਲ ਹੈ ਕੀ ਹਾਲ ਚਾਲ ਹੈ ਸਰਕਾਰ ਠੀਕ ਠਾਕ ਹੋ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਰਦੇ ਜੱਲੂ ਨੇ ਸੁਰਬਾਨ ਕਰ ਦੋ ਹਾਏ ਜੀ ਇਹ ਕੈਪਟਨ ਕੈਪਟਨ ਦਾ ਮਹੌਲਿੰਗ ਪਠੇ ਘਾਰਾ ਸਾਰੇ ਸਾਰੇ ਸਹੀ ਹੈ ਨਮਾਜ਼ ਪੜੀ ਜੀ ਅੱਜ ਅੱਜ ਮੈਂ ਕਿਹਾ ਚਲੋ YouTube ਤੇ ਵੀ ਵੀਡੀਓ ਸੱਠੀ ਕਰੀਏ ਨਾਲ ਨਾਲ ਕੈਪਟਨ ਸਾਹਿਬ ਠੀਕ ਹੈ ਹਾਂ ਠੀਕ ਹੈ ਬਿਲਕੁਲ ਦੋਸਤ ਪਿਆਰ ਕਰਨਗੇ ਬਿਲਕੁਲ ਕਰਨਗੇ ਪੱਕੀ ਗੱਲ ਹੈ ਪੱਕੀ ਗੱਲ ਦੁੱਧ ਚੋਲਿਆ ਹੁਣ ਦੁੱਧ ਚੋਲਿਆ ਦੁੱਧ ਛੋਕ ਰੱਖਿਆ ਕੈਪਟਨ ਸਾਹਿਬ ਨੇ ਇਥੇ ਤੇ ਕਿਕਰ ਤੂੰ ਪਾਣੀ ਇੰਜ ਡਿੱਗਣ ਰਿਆ ਜਿਵੇਂ ਅੱਲਾ ਦੇ ਬੰਦੇ ਬਾਰਿਸ਼ ਪੈ ਰਹੀ ਹੈ ਕੈਪਟਨ ਸਾਹਿਬ ਨੇ ਮਾਸ਼ਾਅੱਲਾ ਦੁੱਧ ਛੋੜ ਲਿਆ ਹੈ ਮੱਜਾਂ ਦਾ ਆਪਣੀਆਂ ਦਾ ਕੈਪਟਨ ਸਾਹਿਬ ਇਹਨਾਂ ਨੂੰ ਦੱਸੋ ਆਪ ਸਾਰੀ ਦਿਹਾੜੀ ਕੀ ਕਰੀਦੇ ਹੋ ਆਪਣੀ ਰੁਟੀਨ ਕੀ ਕੰਮ ਦੀ ਪਿੰਡਾਂ ਜਗ੍ਹਾ ਤੇ ਦੱਸੋ ਜੀ ਸਾਡੀ ਇਹ ਵੀ ਵੀਡੀਓ ਬਣਾਉਣੀ ਹੈ ਤੇ ਆ ਮਾਲ ਲੰਗਰ ਨੂੰ ਪੱਠੇ ਪਾਉਣੇ ਨੇ ਹਾਂ ਕੈਪਟਨ ਸਾਹਿਬ ਇਹਨਾਂ ਨੂੰ ਦੱਸਿਆ ਸੀ ਟਿਕਟੋਕ ਤੇ ਪੂਰੇ ਫੇਮਸ ਆ ਅਸੀਂ ਟਿਕਟੋਕ ਤੇ ਪੂਰੇ ਫੈਲਾਂਗੇ ਹਾਂ ਪੂਰੇ ਫੈਲਾਂਗੇ ਆਹ ਕੀ ਬਾਤ ਹੈ ਕੈਪਟਨ ਦੀ ਕੈਪਟਨ ਸਾਹਿਬ ਨੇ ਮਾਸ਼ਾਅੱਲਾ ਦੁੱਧ ਛੋੜ ਲਿਆ ਤੇ ਕੈਪਟਨ ਸਾਹਿਬ ਆ ਦੇਖੋ ਇੱਕੋ ਖੁਰਲੀ ਦੇ ਉੱਤੇ ਕੈਪਟਨ ਸਾਹਿਬ ਦਾ ਮਾਸ਼ਾਅੱਲਾ ਮਾਲ ਏ ਮਾਲ ਵਾਸੇ ਇੱਕ ਅੱਛਾ ਜਿਹਾ ਕਮੈਂਟ ਕਰ ਦਿਓ ਜਿਵੇਂ ਅੱਛੀ ਜੀ ਮੱਜ ਏ ਨਾ ਮਾਸ਼ਾਅੱਲਾ ਐਵੇਂ ਦਾ ਅੱਛਾ ਜਿਹਾ ਕਮੈਂਟ ਕਰ ਦਿਓ ਤੁਸੀਂ ਵੀ ਮੱਜਾਂ ਰੱਖੀਆਂ ਤਾਂ ਤੁਸੀਂ ਕਮੈਂਟ ਚ ਓਕੇ ਦੀ ਰਿਪੋਰਟ ਕਰੋ ਥੱਲੇ ਐ ਤੇਰੀ ਖੈਰ ਕੈਪਟਨ ਇਹ ਮੱਝ ਗੁੱਸਾ ਕਿਉਂ ਕਰਦੀ ਤੇਰੀ ਆ ਜਿਹੜੀ ਹੈ ਹੈ ਆ ਵਕ ਦੁੱਧ ਆ ਕ ਐ ਦੁੱਧ ਦੁੱਧ ਕਿਥੇ ਹੈ ਮਾਸ਼ਾਅੱਲਾ ਇਹ ਨਾ ਤੇ ਝਾਗ ਬਿਹਤਰੀਨ ਤਾਜ਼ਾ ਦੁੱਧ ਇਹ ਸ਼ਹਿਰਾਂ ਵਾਲੇ ਪੀਛਾ ਸਕਦੇ ਨੇ ਖਾਲਸ ਦੁੱਧ ਹਾਂ ਹੈ ਪਿਆਸ ਹੈ ਪਚਾ ਲੈਣਗੇ ਸ਼ਹਿਰਾਂ ਵਾਲੇ ਕਿ ਨਹੀਂ ਪਚਣਾ ਪਚਾ ਦੇਣਗੇ ਨਹੀਂ ਨਹੀਂ ਉਹਨਾਂ ਉਹ ਇਹਨੂੰ ਹਜ਼ਮ ਕਰ ਸਕਦੇ ਨੇ ਨਹੀਂ ਨਹੀਂ ਨਾ ਆਂਦਾ ਸ਼ਹਿਰਾਂ ਦੀ ਪਚਾ ਦਾਂਗੇ ਤੇ ਮੈਂ ਕਿਹਾ ਹਜ਼ਮ ਕਰ ਸਕਦੇ ਨੇ ਆਂਦਾ ਨਹੀਂ ਪਾਣੀ ਪਾ ਕੇ ਕਰ ਲੈਣਗੇ ਪਾਣੀ ਪਾ ਦੇ ਅਸਲ ਦੁੱਧ ਨਹੀਂ ਉਹਨਾਂ ਨੂੰ ਕੀ ਹੋਣਾ ਉਹਨਾਂ ਨੂੰ ਉਹਨਾਂ ਨੂੰ ਮਰੋੜ ਲਾਈ ਜੜਾ ਜੜਾ ਹਾਏ ਕੈਪਟਨ ਕੈਪਟਨ ਮੇਰਾ ਭਾਈ ਐ ਤਾਂ ਨਾ ਪੂਰਾ ਐਕਟਿਵ ਹੈ ਮਾਸ਼ਾਅੱਲਾ ਦੁੱਧ ਰੋਖਾ ਸਰਕਾਰ ਅੰਦਰ ਕੈਪਟਨ ਸਾਹਿਬ ਨੇ ਦੁੱਧ ਚੋਕ ਲਿਆ ਮਾਸ਼ਾਅੱਲਾ ਜਾ ਰਹੇ ਨੇ ਦੁੱਧ ਸਾਂਭਣ ਤੇ ਫਿਰ ਕੈਪਟਨ ਸਾਹਿਬ ਨੇ ਜਾਣਾ ਪਠਿਆਂ ਨੂੰ ਤੇ ਆਪਾਂ ਸਿਰੇ ਸਿਰੇ ਆਪਣੀ ਇਹ ਰੁਟੀਨ ਹੈ ਨਮਾਜ਼ ਪੜੀ ਵਾਕਸ਼ਾ ਕੀਤੀ ਜਾ ਕੇ ਨਾਸ਼ਤਾ ਮਾਸ਼ਤਾ ਕੀਤਾ ਤੇ ਫਿਰ ਗੁੱਡ ਨੈਟਾ ਹੋ ਗਈਆਂ ਕੈਪਟਨ ਸਾਹਿਬ ਛੋਟੇ ਛੋਟੇ ਭਾਂਡੇ ਕਾਦੇ ਵਾਸਤੇ ਪਏ ਨੇ ਇਹ ਨਾ ਦੇ ਨੇ ਨਾ ਅੱਛਾ ਆਪਾਂ ਇਹਦੇ ਵਿੱਚ ਪਿਰੋ ਦੋ ਦੋ ਰੱਖ ਦਿਆਨੇ ਆ ਕਿਹਦੇ ਵਾਸਤੇ ਉਹ ਰਾਸ਼ਦ ਪਠੇ ਵਾਲਾ ਅੱਛਾ ਕੈਪਟਨ ਸਾਹਿਬ ਭਾਈ ਜਾਨ ਦੁੱਧ ਦਾ ਵੀ ਬਿਜ਼ਨਸ ਕਰਦੇ ਨੇ ਕੈਪਟਨ ਸਾਹਿਬ ਪਾਰਟ ਟਾਈਮ ਡਾਕਟਰ ਵੀ ਐ ਨੇ ਧਰਨ ਵੀ ਕਰਦੇ ਧਰਨ ਕਢਾਣ ਆਇਆ ਸੀ ਫਿਰ ਦੁਬਾਰਾ ਮੁੰਡਾ ਕੋ ਨਹੀਂ ਕੋਈ ਨਹੀਂ ਆਇਆ ਠੀਕ ਹੋ ਗਿਆ ਹੈ ਠੀਕ ਹੋ ਗਿਆ ਇੱਕੋ ਵਾਰੀ ਜੀ ਆ ਖੈਰ ਕੈਪਟਨ ਦੀਆਂ ਸੱਟਾਂ ਤੇ ਹੈ ਨੇ ਨਾ ਫਿਰ ਇਹ ਦੇਖ ਮਾਸ਼ਾਅੱਲਾ ਕੈਪਟਨ ਸਾਹਿਬ ਕੈਪਟਨ ਸਾਹਿਬ ਨੇ ਉਧਰੋਂ ਦੁੱਧ ਚੋਕ ਕੇ ਤੇ ਇਹਦੇ ਵਿੱਚ ਰੱਖ ਦਿੱਤਾ 1 ਕਿਲੋ ਇਹ ਕੈਪਟਨ ਸਾਹਿਬ ਦਾ ਮੁਸਤਕਿਲ ਗਾਹਕ ਲੱਗਾ ਉਹ ਲੈ ਕੇ ਜਾਂਦਾ ਹੈ ਡੇਲੀ ਖਾਲਸ ਪਿਓਰ ਦੁੱਧ ਵਿਦਆਊਟ ਐਨੀ ਵਾਟਰ ਕਤਰਾ ਪਾਣੀ ਦੇ ਕਤਰੇ ਤੋਂ ਬਗੈਰ ਪਿਓਰ ਦੁੱਧ ਤੇ ਸ਼ਹਿਰਾਂ ਵਾਲੇ ਬਿਲਕੁਲ ਨਹੀਂ ਪਚਾ ਸਕਦੇ ਇੱਕ ਗਲਾਸ ਪੀ ਲੈਣ ਸ਼ਰਤਿਆ ਕੱਚੇ ਦੁੱਧ ਦਾ ਮਰੋੜ ਨਾਲ ਗੰਦ ਗੱਲ ਕਰਨ ਹੈਗੇ ਨਾ ਤੇਰੀ ਕੈਰ ਐ ਭਾਈ ਜਨ ਸਾਡੇ ਕੋਲ ਮਾਲ ਵਾਲੀ ਜਗ੍ਹਾ ਇੱਥੇ ਠੀਕ ਹੈ ਤੇ ਕੈਪਟਨ ਸਾਹਿਬ ਕੀ ਇੱਥੇ ਪਏ ਨੇ ਕੈਪਟਨ ਸਾਹਿਬ ਦੀ ਨਵੀਂ ਵਰਦੀ ਐ ਜਰਸੀ ਨਵੀਂ ਨਵੇਂ ਕਪੜੇ ਠੀਕ ਹੈ ਚਾਦਰਾ ਸਾਫਾ ਪਰ ਕੈਪਟਨ ਸਾਹਿਬ ਜਿਹੜੇ ਨੇ ਡੇਰੇ ਵਾਲੀ ਵਰਦੀ ਜਦੋਂ ਪਾਉਂਦੇ ਨੇ ਫਿਰ ਕੈਪਟਨ ਸਾਹਿਬ ਐਵੇਂ ਬੰਦੇ ਤਰਾਜ਼ ਕਰਦੇ ਨੇ ਵੀ ਕੈਪਟਨ ਐਂ ਜੀ ਕਿਉਂ ਰਹਿੰਦਾ ਭਾਈ ਦੱਸੋ ਕੈਪਟਨ ਸਾਹਿਬ ਜ਼ਿੰਮੇਵਾਰਾ ਕਰਨਾ ਨੇ ਲੰਗੜਾ ਦਾ ਮਾਲ ਲੰਗੜਾ ਦਾ ਉੱਪਰ ਥੇ ਹਾਂ ਜੀ ਤੇ ਫਿਰ ਇਹ ਵਰਦੀ ਏ ਨਹੀਂ ਤੇ ਇਹ ਕਪੜੇ ਟੰਗੇ ਨੇ ਮਾਸ਼ਾਅੱਲਾ ਕੈਪਟਨ ਸਾਹਿਬ ਦੇ ਕੈਪਟਨ ਸਾਹਿਬ ਆਓ ਇਹ ਭਾਈ ਜਨ ਡੇਰੀਓਂ ਹੀ ਹੋ ਗਿਆ ਸਿਰੇ ਸਿਰੇ ਕੈਪਟਨ ਦੀਆਂ ਤੁਸੀਂ ਗੱਲਾਂ ਸੁਣੀਆਂ ਤੁਸੀਂ ਮੈਨੂੰ ਲਾਜ਼ਮੀ ਦੱਸਣਾ ਕੈਪਟਨ ਦੀਆਂ ਗੱਲਾਂ ਤੁਹਾਨੂੰ ਕਿਵੇਂ ਲੱਗੀਆਂ ਜੀ ਸਾਬ ਕੈਪਟਨ ਆਪਣੇ ਇਸ ਟਾਈਮ ਕੈਪਟਨ ਸ਼ਰਫਾ ਲਿਖ ਲੈਣਾ ਜਾਂ ਨਾਨ ਪੀਟੀ 50 ਨਾਲ ਲਿਖ ਲੈਣਾ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਕੈਪਟਨ ਸ਼ਰਫਾ ਕੀ ਬ੍ਰਾਂਡ ਹੈ ਠੀਕ ਮੈਂ ਅੱਜ ਮਾਰਨਿੰਗ ਰੁਟੀਨ ਤੇ ਬਣਾਇਆ ਵਲੌਗ ਤੇ ਜਿਹੜਾ ਮੁਕੰਮਲ ਪ੍ਰਾਪਰ ਵਲੌਗ ਹੈ ਸਾਰੀ ਦਿਹਾੜੀ ਕੀ ਕਰੀਦਾ ਉਹ ਥੋੜੇ ਜਿ ਦਿਨ ਸਾਫ਼ ਹੁੰਦੇ ਨੇ ਨਾ ਫਿਰ ਸਟਾਰਟ ਕਰਨੇ ਕਿਉਂਕਿ ਉਹ ਬੜਾ ਫਿਰ ਮਸਲਾ ਬਣਦਾ ਹੈ ਵੀਡੀਓ ਮੈਨੇਜ ਬੜੀ ਔਖੀ ਹੁੰਦੀ ਹੈ ਸਹੀ ਤੇ ਬਾਕੀ ਤੁਸੀਂ ਮੇਰੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਲਾਜ਼ਮੀ ਕਰ ਦੇਣਾ ਸਪੋਰਟ ਲਾਜ਼ਮੀ ਕਰ ਦੇਣਾ ਤੇ ਕਮੈਂਟ ਕਰ ਦੇਣਾ ਵੀ ਆਈਪੀ ਜੇ ਤੁਹਾਨੂੰ ਕਮੈਂਟ ਕਿਵੇਂ ਦਾ ਲੱਗਾ ਤੇ ਨਮਾਜ਼ ਪਾਈ ਜਾਣ ਲਾਜ਼ਮੀ ਪੜਿਆ ਕਰੋ ਬਸ ਹਰ ਵੀਡੀਓ ਦੇ ਆਖਰ ਚ ਮੇਰਾ ਇਹੀ ਪੇਗਾਮ ਹੈ ਤੁਹਾਡੇ ਵਾਸਤੇ ਕਿ ਨਮਾਜ਼ ਪੜਿਆ ਕਰੋ ਆਪਣੇ ਦੋਸਤਾਂ ਨੂੰ ਵੀ ਦਾਵਤ ਦਿਆ ਕਰੋ ਨਮਾਜ਼ ਦੀ ਨਮਾਜ਼ ਬੜੀ ਅੱਛੀ ਚੀਜ਼ ਹੈ ਇਨਸ਼ਾਅੱਲਾ ਅੱਲਾ ਖੈਰ ਕਰੇਗਾ ਜਿਹਦੀ ਜੋ ਦੁੱਖ ਤਕਲੀਫ ਸਾਰਾ ਦੂਰ ਹੋ ਜਾਏਗਾ ਸਹੀ ਹੁਣ ਮੈਨੂੰ ਇਜਾਜ਼ਤ ਦਿਓ ਰੱਬ ਰੱਖਾ ਅੱਲਾ ਫਿਰ ਆਪਣਾ ਬੜਾ ਖਿਆਰ ਰੱਖਿਓ